ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਪਹੁੰਚ ਰਹੀਆਂ ਨੇ, ਕਿਉਂਕਿ ਸਿਆਣਿਆਂ ਦਾ ਕਹਿਣਾ ਹੈ ਕਿ ਕਿਸੇ ਦੇ ਦੁੱਖ ਵਿੱਚ ਜਾਈਏ ਤੇ ਦੁੱਖ ਘਟਦਾ ਹੈ ਤੇ ਖੁਸ਼ੀ 'ਚ ਜਾਈਏ ਖੁਸ਼ੀ ਵੱਧਦੀ। ਮੈਂ ਬੈਠਾ ਸੋਚ ਰਿਹਾ ਸੀ ਸਾਧ ਸੰਗਤ ਕਿ ਰੱਬ ਨੇ, ਅਕਾਲ ਪੁਰਖ ਵਾਹਿਗੁਰੂ ਨੇ ਬਹੁਤ ਥੋੜ੍ਹੀ ਉਮਰ ਬਖਸ਼ੀ, ਪਰ ਇਸ ਥੋੜ੍ਹੀ ਉਮਰ ਵਿੱਚ ਉਹ ਪੰਜਾਬ ਦੀ ਧਰਤੀ ਦੇ ਨਾਲ, ਪੰਜਾਬ ਦੀਆਂ ਹਵਾਵਾਂ ਦੇ ਨਾਲ, ਪੰਜਾਬ ਦੇ ਜਾਇਆਂ ਦੇ ਨਾਲ ਇਹਨਾਂ ਤੋਂ ਉਹ ਮੁਹੱਬਤ ਤੇ ਪਿਆਰ ਪਾ ਕੇ ਗਿਆ ਕਿ ਇਸ ਪਿਆਰ ਨੂੰ ਰਹਿੰਦੀ ਦੁਨੀਆਂ ਤੱਕ ਇਹ ਜਿਹੜਾ ਸੰਸਾਰ ਹੈ ਕਦੇ ਭੁੱਲ ਨਹੀਂ ਸਕਦਾ।
ਸਾਧ ਸੰਗਤ ਜੀ ਸਭ ਤੋਂ ਵੱਡੀ ਗੱਲ ਕਿ ਪੰਜਾਬ ਦਾ ਯੂਥ ਵੱਡੀ ਗਿਣਤੀ ਵਿੱਚ ਅੱਜ ਪਹੁੰਚ ਰਿਹਾ। ਤੇ ਮੈਂ ਇੱਕ ਇੰਟਰਵਿਊ ਦੇ ਵਿੱਚ ਆਪਣੇ ਵੀਰ ਨੂੰ ਸੁਣ ਰਿਹਾ ਸੀ, ਕਿਉਂਕਿ ਸ਼ੁਭਦੀਪ ਸਿੰਘ ਉਹ ਇਕੱਲਾ ਗਾਇਕ ਹੀ ਨਹੀਂ ਸੀ, ਉਹ ਸਾਡੀ ਦਸਤਾਰ ਦਾ ਜਿਹੜੀ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਬਖਸ਼ੀ, ਇਸ ਦਸਤਾਰ ਦਾ ਬ੍ਰਾਂਡ ਅੰਬੈਸਡਰ ਵੀ ਸੀ ਪੂਰੀ ਦੁਨੀਆਂ ਦੇ ਅੰਦਰ। ਜਿੱਥੇ ਜਿੱਥੇ ਵੀ ਕੋਈ ਬਾਕੀ ਕੌਮਾਂ ਰਹਿੰਦੀਆਂ ਨੇ, ਕੋਈ ਗੋਰੇ ਕੋਈ ਕਾਲੇ, ਵੱਖ ਵੱਖ ਜਾਤਾਂ ਤੇ ਨਸਲਾਂ ਦੇ ਲੋਕ ਰਹਿੰਦੇ ਨੇ, ਹੋ ਸਕਦਾ ਵੀ ਉੱਥੋਂ ਤੱਕ ਕੋਈ ਸਾਡੇ ਵਰਗਾ ਸਟੇਜ ਤੇ ਬੋਲਣ ਵਾਲਾ ਪ੍ਰਚਾਰਕ ਵੀ ਉਸ ਦਸਤਾਰ ਦੀ ਗੱਲ ਨਾ ਕਰ ਸਕਦਾ। ਜਿੱਥੇ ਜਾ ਕੇ ਸਾਡੇ ਇਸ ਬਾਈ ਨੇ, ਸਿੱਧੂ ਮੂਸੇ ਵਾਲੇ ਨੇ ਇਸ ਦਸਤਾਰ ਦੀ ਮਹਾਨਤਾ ਨੂੰ ਪੂਰੀ ਦੁਨੀਆਂ 'ਚ ਜਾ ਕੇ ਉਜਾਗਰ ਕੀਤਾ ਹੈ। ਪੂਰੀ ਦੁਨੀਆਂ ਦੇ ਅੰਦਰ ਅੱਜ ਦੇ ਇਸ ਅੰਤਮ ਅਰਦਾਸ ਸਮਾਗਮ ਨੂੰ ਵੱਖ ਵੱਖ ਚੈਨਲਾਂ ਰਾਹੀਂ ਦਿਖਾਇਆ ਜਾ ਰਿਹਾ ਹੈ, ਤੇ ਮੈਂ ਆਪਣੇ ਪੰਜਾਬ ਦੀਆਂ ਮਾਵਾਂ ਨੂੰ ਭੈਣਾਂ ਨੂੰ ਇੱਕ ਬੇਨਤੀ ਜ਼ਰੂਰ ਕਰਨੀ ਚਾਹਾਂਗਾ ਕਿ ਵੇਖੋ ਇਹਨਾਂ ਸਿਰ ਦੇ ਕੇਸਾਂ ਨਾਲ ਤੇ ਪੱਗ ਨਾਲ ਉਸਦਾ ਏਡਾ ਪਿਆਰ ਸੀ ਕਿ ਉਹ ਆਪਣੇ ਵਿਚਾਰ ਦਿੰਦਾ ਹੋਇਆ ਕਹਿੰਦਾ ਵੀ ਇਹਦੇ ਪਿੱਛੇ ਸਭ ਤੋਂ ਵੱਡਾ ਯੋਗਦਾਨ ਮੇਰੀ ਦਾਦੀ ਸਤਿਕਾਰਯੋਗ ਮਾਤਾ ਜਸਵੰਤ ਕੌਰ ਤੇ ਮੇਰੇ ਮਾਤਾ ਚਰਨ ਕੌਰ ਦਾ। ਤੇ ਮਾਂ ਨੇ ਇਸ ਚੀਜ਼ ਨੂੰ ਦੁਨੀਆਂ ਦੇ ਸਾਹਮਣੇ ਵੇਖੋ ਰੱਖਿਆ, ਜਦੋਂ ਸਾਡੇ ਵੀਰ ਦਾ ਅੰਤਮ ਸੰਸਕਾਰ ਹੋਣਾ ਸੀ ਨਾ, ਤੇ ਸਾਡੀ ਮਾਂ ਦੇ ਮੂੰਹੋਂ ਇਹ ਸ਼ਬਦ ਨਿਕਲ ਰਹੇ ਸਨ, ਮੇਰਾ ਪੁੱਤ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਹੈ। ਤੇ ਆਖਰੀ ਦਮ ਤੱਕ ਮਰਨ ਤੋਂ ਬਾਅਦ ਵੀ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਇਹਨਾਂ ਕੇਸਾਂ ਦਾ ਜੂੜਾ ਸਵਾਰਿਆ। ਤੇ ਮੈਂ ਆਪਣੀਆਂ ਪੰਜਾਬ ਦੀਆਂ ਮਾਵਾਂ ਭੈਣਾਂ ਨੂੰ ਬੇਨਤੀ ਕਰਨੀ ਚਾਹਾਂਗਾ, ਨੌਜਵਾਨਾਂ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਅਸੀਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ੀਏ ਇਸ ਦਸਤਾਰ, ਤੇ ਇਹਨਾਂ ਕੇਸਾਂ ਦੇ ਨਾਲ ਇੱਦਾਂ ਦਾ ਜੇ ਕਿਤੇ ਪਿਆਰ ਪਾ ਲਈਏ ਨਾ, ਤੇ ਸਾਡੀ ਵਾਕਿਆ ਹੀ ਸੱਚੀ ਤੇ ਸੁੱਚੀ ਸ਼ਰਧਾਂਜਲੀ ਸਾਡੇ ਇਸ ਵੀਰ ਸ਼ੁਭਦੀਪ ਸਿੰਘ ਨੂੰ, ਸਿੱਧੂ ਮੂਸੇ ਵਾਲੇ ਨੂੰ ਹੋਵੇਗੀ। ਇਹ ਮੇਰੀ ਬੇਨਤੀ ਹੈ। ਬੜੀਆਂ ਗੱਲਾਂ ਨੇ ਕਰਨ ਵਾਲੀਆਂ, ਮੈਂ ਸਮੇਂ-ਸਮੇਂ ਤੇ ਜਦੋਂ ਜਥਾ ਬਦਲਾਂਗਾ ਉਸ ਵੀਰ ਦੀ ਬਾਬਤ ਕੁਝ ਨਾ ਕੁਝ ਕਹਿਣ ਦਾ ਯਤਨ ਕਰਾਂਗਾ, ਕਿਉਂਕਿ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਪੰਜਾਬ ਦੇ ਕੋਨੇ ਕੋਨੇ ਤੋਂ ਅੱਜ ਸਰਦਾਰ ਸ਼ੁਭਦੀਪ ਸਿੰਘ ਨੂੰ, ਸਿੱਧੂ ਮੂਸੇ ਵਾਲੇ ਵੀਰ ਨੂੰ ਸਾਧ ਸੰਗਤ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਪਹੁੰਚ ਰਹੀਆਂ ਨੇ। ਬਹੁਤ ਜਿਸ ਦਿਨ ਤੋਂ ਹੀ ਇਹ ਘਟਨਾ ਵਾਪਰੀ ਹੈ, ਇੰਨੀ ਹਮਦਰਦੀ ਪਰਿਵਾਰ ਦੇ ਨਾਲ ਪ੍ਰਗਟ ਕੀਤੀ ਗਈ ਹੈ, ਉਹ ਚਾਹੇ ਧਾਰਮਿਕ ਸ਼੍ਰੇਣੀ, ਵੱਖ ਵੱਖ ਰਾਜਨੀਤਿਕ ਪਾਰਟੀਆਂ, ਸਾਡਾ ਗਾਇਕ ਭਾਈਚਾਰਾ, ਮੈਂ ਕਿਹਦਾ ਕਿਹਦਾ ਨਾਂ ਲਵਾਂ ਸਾਧ ਸੰਗਤ, ਇਹ ਹਰ ਇੱਕ ਨੇ ਪਰਿਵਾਰ ਨਾਲ ਇੰਨੀ ਹਮਦਰਦੀ ਜਿਤਾਈ ਹੈ, ਸ਼ਾਇਦ ਹੀ ਦੁਨੀਆਂ ਦੇ ਉੱਤੇ ਕੋਈ ਇੰਨਾ ਪਿਆਰ ਲੈ ਕੇ ਸੰਸਾਰ ਤੋਂ ਗਿਆ ਹੋਵੇ ਜਿੰਨਾ ਸਿੱਧੂ ਮੂਸੇ ਵਾਲਾ ਵੀਰ ਲੈ ਕੇ ਗਿਆ। ਸੋ ਅੱਜ ਦਾ ਇਹ ਸਾਰਾ ਜਿਹੜਾ ਸਮਾਗਮ ਹੈ ਪਰਿਵਾਰ ਵੱਲੋਂ ਬਹੁਤ ਦੂਰਦੇਸ਼ੀ ਦੇ ਨਾਲ, ਪ੍ਰਸ਼ਾਸਨ ਦੇ ਸਹਿਯੋਗ ਨਾਲ, ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ, ਆਪ ਗੁਰੂ ਖਾਲਸਾ ਪੰਥ ਦੇ ਸਹਿਯੋਗ ਨਾਲ, ਸਾਧ ਸੰਗਤ ਜੀ ਅਸੀਂ ਉਸ ਵੀਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਇਕੱਠਰ ਹੋਏ ਹਾਂ। ਤੇ ਜਿੱਥੇ ਆਪ ਜੀ ਨੇ ਭਾਈ ਜਸਪ੍ਰੀਤ ਸਿੰਘ ਜੀ ਦੇ ਜਥੇ ਪਾਸੋਂ ਕੀਰਤਨ ਸਰਵਣ ਕੀਤਾ ਹੈ, ਉੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਕਾਰਜ ਸਿੰਘ ਜੀ, ਮੈਂ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਉਹ 50 ਮਿੰਟ ਵਾਸਤੇ ਆਪ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕਰਨਗੇ। ਇਹਨਾਂ ਤੋਂ ਬਾਅਦ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਕੁਹਾੜਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹ ਆਪ ਸੰਗਤਾਂ ਨੂੰ ਕੀਰਤਨ ਰਾਹੀਂ ਨਿਹਾਲ ਕਰਨਗੇ। ਜਿਤਨੀ ਵੀ ਸੰਗਤ ਵੱਡੀ ਗਿਣਤੀ ਵਿੱਚ ਪਹੁੰਚ ਰਹੀ ਹੈ, ਕਿਉਂਕਿ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿਸੇ ਦਾ, ਜੇ ਆਪਾਂ ਇੱਕ ਵਾਰ ਨਾਂ ਲੈਣਾ ਸ਼ੁਰੂ ਕਰ ਦਿੱਤਾ ਤੇ ਇਹ ਨਾਮਕਰਨ ਸਮਾਗਮ ਹੀ ਬਣ ਜਾਣਾ। ਇਸ ਕਰਕੇ ਸਾਧ ਸੰਗਤ ਜੀ, ਜਿਹਨੂੰ ਜਿਹਨੂੰ ਅੰਦਰੋਂ ਦੁੱਖ ਹੈ, ਜਿਹੜਾ ਵੀ ਇਸ ਪਰਿਵਾਰ ਨਾਲ ਮੁਹੱਬਤ ਕਰਦਾ ਹੈ, ਉਹ ਆਪਣੇ ਤੌਰ ਤੇ ਵੱਡੀ ਗਿਣਤੀ ਵਿੱਚ ਇਸ ਸਮਾਗਮ ਵਿੱਚ। ਮੈਂ ਸਭ ਦਾ ਤਹਿ ਦਿਲੋਂ ਧੰਨਵਾਦੀ ਹਾਂ ਪਰਿਵਾਰ ਵੱਲੋਂ, ਸਾਡੇ ਵੀਰ ਦੇ ਸਤਿਕਾਰਯੋਗ ਪਿਤਾ ਸਰਦਾਰ ਬਲਕੌਰ ਸਿੰਘ ਜੀ ਸਿੱਧੂ, ਸਤਿਕਾਰਯੋਗ ਮਾਤਾ ਮਾਤਾ ਚਰਨ ਕੌਰ ਜੀ, ਔਰ ਬਾਕੀ ਸਾਰੇ ਪਰਿਵਾਰ ਵੱਲੋਂ ਮੈਂ ਆਈਆਂ ਹੋਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਆਪਾਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।